ਵਿੱਚ ਦੋਸਤੋ ਮੈਂ ਤੁਹਾਡੇ ਨਾਲ ਜ਼ੈਨ ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਕਿਤਾਬ। ਅੱਜ ਆਪਾਂ ਜਾ ਰਹੇ ਹਾਂ ਬਟਾਲੀਆ ਅਤੇ ਰੈਸਪੋਂਸ ਲੈਣਾ ਸੀਗਾ ਉਹ ਮੈਂ ਕਿਹਾ ਰੈਸਪੋਂਸ ਨਹੀਂ ਲੈਣੀ ਹੈ ਨੀਂਹ ਇੰਤਜ਼ਾਰ ਕਰ ਰਹੇ ਸੀਗੇ ਪਿਆਜ ਰਾਹੀਂ ਕਿਸਮਾਂ 'ਤੇ ਜਾ ਰਹੇ ਹਾਂ ਅਤੇ ਮਿਲਦੇ ਹਾਂ ਪੁੱਛਦੇ ਹਾਂ ਭਾਈ ਕੀ ਸਕਦਾ ਕੰਮ ਉਹਦਾ ਰਾਬਤਾ ਹੋਇਆ ਵਾ ਰਾਬਤਾ ਕਰਕੇ ਅਸੀਂ ਉਹਨੂੰ ਜਾ ਰਹੇ ਹਾਂ ਗਿਆ ਮੋਟਰਸਾਈਕਲ ਨੂੰ ਇਹ ਬੰਦ ਕਿਉਂ ਹੋ ਗਿਆ। ਚਲੋ ਤੁਹਾਨੂੰ ਮਿਲਦੇ ਹਾਂ ਬਦਾਲੀ ਅੱਡੇ 'ਤੇ ਇਹਨੂੰ ਸੂਤ ਕਰ ਲਈਏ ਆਲਸੀ ਨੂੰ। ਓਕੇ ਦੋਸਤੋ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ। ਇਹ ਦੇਖੋ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਇਸ ਟਾਈਮ ਬਦਾਲੀ ਅੱਡੇ 'ਤੇ ਅਤੇ ਮਿਲਦੇ ਹਾਂ ਉਸਤਾਦ ਹੁਣਾਂ ਨੂੰ ਅਤੇ ਮਾਸ਼ਾਅੱਲਾ ਉਸਤਾਦ ਸਾਹਿਬ ਬੋਰਡ ਲਿਖ ਰਹੇ ਆ ਰੱਬ ਤੰਦਰੁਸਤੀ ਰੱਖੇ। ਅਸਲਾਮ ਵਾਲੇਕੁਮ ਅਸਲਾਮ ਵਾਲੇਕੁਮ ਉਸਤਾਦ ਜੀ ਕੀ ਹਾਲ ਆ। ਉਸਤਾਦ ਜੀ ਮਾਸ਼ਾਅੱਲਾ ਬੋਰਡ ਲਿਖਦੇ ਪਏ ਕਿਆ ਬਾਤ ਹੈ ਜ਼ਬਰਦਸਤ। ਅਸਮ ਭਾਈ ਕੀ ਹਾਲ ਆ ਅਲਹਮਦੁਲਿਲਾ। ਉਸਤਾਦ ਜੀ ਕੀ ਹਾਲ ਆ ਤੁਹਾਡਾ। ਇਹ ਉਸਤਾਦ ਜੀ ਇਹ ਨਿਹਾਲ ਮੈਡੀਕਲ ਸਟੋਰ ਦਾ ਲਿਖ ਰਹੇ ਮਾਸ਼ਾਅੱਲਾ ਮੈਡੀਕਲ ਵੈਟਰਨਰੀ ਅੱਛਾ ਡੰਗਰਾਂ ਵਾਲਾ ਜਾਨਵਰਾਂ ਵਾਲਾ ਜ਼ਬਰਦਸਤ ਕਿਆ ਬਾਤ ਹੈ ਸੁਭਾਨ ਅੱਲਾਹ ਜ਼ਬਰਦਸਤ। ਉਸਤਾਦ ਜੀ ਕਿੰਨੇ ਸਾਲ ਹੋ ਗਏ ਆਪਾਂ ਨੂੰ ਮਤਲਬ ਇਹ ਕੰਮ ਕਰਦੇ ਆ। 24 ਸਾਲ ਹੋ ਗਏ। ਮਾਸ਼ਾਅੱਲਾ ਮਾਸ਼ਾਅੱਲਾ। ਉਸਤਾਦ ਜੀ ਆਪਾਂ ਕਿੱਥੇ ਦੇ ਰਹਿਣ ਵਾਲੇ ਆ। ਯਜ਼ਮਾਨ ਯਜ਼ਮਾਨ ਮੰਡੀ ਦੇ। ਆਪਣੀ ਉੱਥੇ ਦੁਕਾਨ ਵੀ ਆ ਜੀ। ਹਾਂਜੀ ਮਾਸ਼ਾਅੱਲਾ ਮਾਸ਼ਾਅੱਲਾ। ਤੇ ਉਸਤਾਦ ਜੀ ਮਾਸ਼ਾਅੱਲਾ ਬਹੁਤ ਖੂਬਸੂਰਤ ਲਿਖਾਈ ਆ ਮਾਸ਼ਾਅੱਲਾ। ਇਹ ਤਾਂ ਮੈਨੂੰ ਲੱਗਦਾ ਉਸਤਾਦ ਹੁਣੀ ਸ਼ੁਰੂ ਤੋਂ ਹੀ ਇਹੀ ਕੰਮ ਕਰਦੇ ਆ ਰਹੇ ਆ 24-25 ਸਾਲ ਹੋ ਗਏ। ਇਸ ਤੋਂ ਇਲਾਵਾ ਉਸਤਾਦ ਜੀ ਕੀ ਕਰਦੇ। ਇਸ ਤੋਂ ਇਲਾਵਾ ਸਕੂਲ 'ਚ ਟੀਚਿੰਗ ਕਰੀਦੀ ਹੈ ਰਾਈਟਿੰਗ ਦੇ ਰਾਈਟਿੰਗ ਕਰਵਾਉਂਦਾ ਬੱਚਾ ਡਰਾਇੰਗ ਵਗੈਰਾ ਕਰਾਈ। ਮਾਸ਼ਾਅੱਲਾ ਮਾਸ਼ਾਅੱਲਾ। ਕਿਹੜੇ ਸਕੂਲ ਉਸਤਾਦ ਜੀ। ਇੱਧਰ 42 ਈਫਾ ਸਕੂਲ ਅੱਛਾ ਦਾਰੇ ਰਕਮ ਸਕੂਲ ਦਾਰੇ ਰਕਮ ਸਕੂਲ ਕੌਣ ਸਾ
ਦਾਰੇ ਰਕਮ ਕਿਹੜਾ ਇੱਕ ਹੁਣ ਦਾਰੇ ਰਕਮ ਮੰਡੀ ਜਮਾਨ ਹੈ ਨਾ ਦਾਰੇ ਰਕਮ ਸਹੀ ਆ ਮੈਂ ਕਿਹਾ ਸ਼ਾਇਦ ਬਤਾਲੀਗੜ੍ਹ ਦੇ ਵਾਲਾ ਨਹੀਂ ਓਕੇ ਸਹੀ ਆ ਉੱਥੇ ਅੱਛਾ ਉੱਥੇ ਉਹਨਾਂ ਕਲਾਸਾਂ ਬੱਚੀਆਂ ਬੱਚੇ ਇਕੱਠੇ ਆ ਕਿ ਲਹਿਦਾ ਲਹਿਦਾ ਸਿਸਟਮ ਆ ਅਲੱਗ 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 ਸਹੀ ਤੁਹਾਡੀ ਕਲਾਸ ਮਤਲਬ ਕਿ ਤੁਹਾਡੇ ਕਿੰਨੇ ਉੱਥੇ ਲੈਕਚਰ ਹੁੰਦੇ ਆ ਚਾਰ ਸਹੀ ਆ ਜ਼ਬਰਦਸਤ ਮਾਸ਼ਾ ਅੱਲਾ ਆਪਾਂ ਆਸਮ ਭਾਈ ਉਹਨਾਂ ਨੂੰ ਮਿਲਦੇ ਹਾਂ ਆਸਮ ਭਾਈ ਕੀ ਹਾਲ ਆ ਤੁਹਾਡਾ ਅੱਛਾ ਤੁਸੀਂ ਉਸਤਾਦੀਆਂ ਨੂੰ ਸੱਦ ਲੈਂਦੇ ਤੁਹਾਨੂੰ ਲਿਖਣਾ ਨਹੀਂ ਆਉਂਦਾ ਤੁਸੀਂ ਉਸਤਾਦੀਆਂ ਨੂੰ ਤੰਗ ਕਰਦੇ ਰਹਿੰਦੇ ਕਿ ਸਾਜੀ ਅੱਜ ਬੋਰਡ ਲਿਖਣਾ ਕਿਉਂ ਉਸਤਾਦ ਜੀ ਇਹ ਉਸਤਾਦ ਉਹਨਾਂ ਨੂੰ ਬਹੁਤ ਤੰਗ ਕਰਦਾ ਜੀ ਇਹ ਦੇਖ ਲਓ ਜੀ ਹੈਗਾ ਤਾਂ ਇਹ ਵੀ ਫੁੱਲ ਉਸਤਾਦ ਆ ਜੀ ਸਾਡੇ ਵਾਸਤੇ ਤਾਂ ਇਹ ਵੀ ਉਸਤਾਦ ਆ ਤਾਂ ਉਹ ਸਭ ਤੋਂ ਵੱਡੇ ਉਸਤਾਦ ਉਹ ਆ ਜਦੋਂ ਉਸਤਾਦ ਕੋਲ ਆਏ ਨਾ ਫਿਰ ਸ਼ਾਗਿਰਦਾਂ ਕੋਲ ਨਾ ਲਿਖਿਆ ਜਾਂਦਾ ਬਿਲਕੁਲ ਬਿਲਕੁਲ ਮਾਸ਼ਾ ਅੱਲਾ ਉਸਤਾਦ ਜਿਹੜਾ ਕੰਮ ਕਰਦੇ ਨਾ ਉਹ ਫਿਰ ਉਸਤਾਦ ਉਸਤਾਦ ਹੀ ਹੁੰਦੇ ਹਾਂਜੀ ਉਸਤਾਦ ਕੰਮ ਜਿਹੜਾ ਕਰਦੇ ਆ ਉਹ ਸ਼ਾਗਿਰਦ ਨਹੀਂ ਕਰ ਸਕਦੇ ਬਿਲਕੁਲ ਚਲੋ ਮਾਸ਼ਾ ਅੱਲਾ ਚਲੋ ਮਾਸ਼ਾ ਅੱਲਾ ਲਿਖ ਰਿਹਾ ਦੇਖੋ ਜੀ ਫੁੱਲ ਹੀ ਪ੍ਰੋਫ ਹੋ ਰਹੇ ਨੇ ਮੈਂ ਕਹਿੰਦਾ ਬਾਸ਼ ਬੰਬੇ ਮੇਲੀ ਆਉਣ ਦੇ ਕੇ ਸੁਭਾਨ ਅੱਲਾ ਕਿਆ ਬਾਤ ਹੈ ਚਲੋ ਠੀਕ ਹੈ ਦੋਸਤੋ ਤੁਹਾਨੂੰ ਹੁਣ ਅਗਲਾ ਸੀਨ ਦਿਖਾਉਂਦੇ ਹਾਂ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਆ ਫੇਰ 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 ਇਹਦੇ ਇਹ ਦੇਖੋ ਆਪਣੇ ਅਤਾ ਮੁਹੰਮਦ ਸਾਹਿਬ ਦੇਖੋ ਆਤਮਾ ਰੋਲੀ ਗਲੋਤੀ ਆ ਨੀਵੇਂ ਲੱਕ ਹੋ ਗਏ ਦੇਖੋ ਸਾਈਂ ਇਹਨਾਂ ਨੂੰ ਵਰਤਦੇ ਸਵੇਰ ਦਾ ਆਇਆ ਵਾ ਰੋਜ਼ਾਨਾ ਤੋਂ ਪਹਿਲੇ ਦਾ ਸਾਈਆਂ ਨੇ ਆਉਣ ਇਹਨਾਂ ਦੀ ਮੰਜੀ ਠੋਕੀ ਆ ਕਿ ਜਨਾਬ ਸਾਹਿਬ ਇਹਨਾਂ ਕੋਲ ਹਿੱਲਿਆ ਵੀ ਨਹੀਂ ਜਾਂਦਾ ਹੁਣ ਨੀਵੇਂ ਲੱਕ ਹੋਏ ਆ ਵੰਡ ਬੰਦੂਕ ਕਰਤੀ ਇਹਨਾਂ ਦੀ ਚਲੋ ਠੀਕ ਆ ਦੋਸਤੋ ਮਿਲਦੇ ਹਾਂ ਆਪਾਂ ਅਗਲੀ ਵੀਡੀਓ 'ਚ ਓਕੇ ਜੀ ਅੱਲਾ ਹਾਫਿਜ਼ ਫੀ ਮਾਨੁਲਾ